मुख्यमंत्री जाने तो पहला ये तस्वीर भी अपने आप अहम है। इस तो पहला मूसा पिंड कांग्रेस के आगू कुलबीर जीरा पुलिस के नाल हुए थे। दरअसल पुलिस ने जीरा नूं अगे जाण तो रोक दिता सी, जिस तो वह भड़क गए ते पुलिस के नाल उलझते हुए नजर आए। पुलिस के नाल उलझ गए साबका विधायक कुलबीर जीरा। पुलिस के नाल क्यों उलझे कुलबीर जीरा? क्योंकि उन्होंने पिंड मूसा जाण तो या मूसेवाला के घर जाण तो जिहड़ा हैगा पुलिस ने रोक दिता सी। ਜਿੰਨੀ ਸਿਕਿਉਰਿਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆ ਦਿਨ ਨਾ ਸਾਨੂੰ ਵੇਖਣੇ ਪੈਂਦੇ ਰੋਕ ਨਹੀਂ ਰਹੇ ਪ੍ਰੀ ਰੂਟ ਡਿਵਰਟ ਬ੍ਰਦਰ ਮੈਂ ਦੇਖੋ ਪੱਕੇ ਯਾਰ ਅਸੀਂ ਜਦੋਂ ਜਾਣੇ ਹੀ ਭਰੇ ਆ ਅਸੀਂ ਘਰ ਹੀ ਜਾਣੇ ਆ ਅਸੀਂ ਚੱਲ ਜਾਵਾਂਗੇ ਰਿਸ਼ਤੇਦਾਰ ਤੇਰੀ ਚੱਲ ਜਾਵਾਂਗੇ ਆਪਾਂ ਡੈਥ ਹੋਈ ਆ ਅਸੀਂ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦੇ ਯਾਰ ਅਫਸੋਸ ਕਰ ਗੱਡੀ ਤੇ ਲੈ ਕੇ ਆਏ ਇੱਥੇ ਇਹ ਥੋੜੀ ਜੇ ਭਗਵੰਤ ਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਜੇ ਕਿਹਾ ਦੱਸੋ ਮੈਂ ਐਕਸਐਮਐਲ ਆ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਲਿਆਉਂਦੇ ਹੋ ਮੈਨੂੰ सिद्धू मूसे वाला साडे च हुंदा कमाल करती तू सानू रोकी जाने ओदे फादर नू बुला लैना मैं इत्थे ਕਿੰਦੇ ਆਰਡਰ ਲਿਆਓ ਦਿਓ ਸਾਹਿਬ ਨਾਲ ਗੱਲ ਕਰਾ ਦੋ ਆਈ ਜੀ ਸਾਹਿਬ ਨੂੰ ਇੱਥੇ ਸਦੋ ਉਹ ਆ ਰਿਹਾ ਫਾਦਰ ਹੀ ਆ ਰਿਹਾ ਉਹਦੇ ਫਾਦਰ ਨੂੰ ਇੱਥੇ ਸਦੋ ਇਦਾਂ ਕਰੋ ਜਿਹੜਾ ਇਹ ਕੋਈ ਗੱਲ ਆ ਯਾਰ ਤੁਹਾਡੀ ਜਿੰਨੀ ਸਿਕਿਉਰਿਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆ ਦਿਨ ਨਾ ਸਾਨੂੰ ਵੇਖਣੇ ਪੈਂਦੇ ਰੋਕ ਨਹੀਂ ਰਹੇ ਪ੍ਰੀ ਰੂਟ ਡਿਵਰਟ ਬ੍ਰਦਰ ਮੈਂ ਦੇਖੋ ਪੱਕੇ ਯਾਰ ਅਸੀਂ ਜਦੋਂ ਜਾਣੇ ਹੀ ਭਰੇ ਆ ਅਸੀਂ ਘਰ ਹੀ ਜਾਣੇ ਆ ਅਸਰ ਹੀ सो ये वीडियो जिहड़ा हैगा वो सामने आया तो उधर आम आदमी पार्टी इल्जाम ला रही है कि कांग्रेस कतलकांड से सियासत कर रही है। मौत दुखदाई मौत तो बाद अज जो पंजाब के मुख्यमंत्री माणयोग भगवंत सिंह मान उन्होंने परिवार नाल दुख साझा करन जा रहे हैं इस दुख की घड़ी च इस मुश्किल की घड़ी च भी कांग्रेस जिहड़ी है अपनी नापाक जिहड़ियां इन्हां दीआं करतूतां है ਜਿਹੜਾ ਇਹਨਾਂ ਦੀ ਗੰਦੀ ਰਾਜਨੀਤੀ ਉਹ ਤੋਂ ਬਾਅਦ ਨਹੀਂ ਆ ਰਹੀ। ਅੱਜ ਕਾਂਗਰਸ ਦੇ ਐਕਸ ਐਮਐਲਏ ਆਪਣੇ ਕੁਝ ਸਪੋਰਟਰਾਂ ਨਾਲ ਜਾ ਕੇ ਉੱਥੇ ਜਿਸ ਤਰੀਕੇ ਨਾਲ ਹੰਗਾਮਾ ਕਰ ਰਹੇ ਆ ਇਹਨੂੰ ਸਾਰਾ ਪੰਜਾਬ ਵੇਖ ਰਿਹਾ ਹੈ। ਕਾਂਗਰਸ ਹਮੇਸ਼ਾ ਹੀ ਚਾਹੇ ਕਿਸੇ ਨੌਜਵਾਨ ਸਿਤਾਰੇ ਦੀ ਮੌਤ ਵੀ ਕਿਉਂ ਨਾ ਹੋ ਜਾਵੇ ਉਸ ਲਾਸ਼ ਤੋਂ ਵੀ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ਦੀ ਹੈ। ਇਹ ਇਹਨਾਂ ਦੀ ਗੰਦੀ ਰਾਜਨੀਤੀ ਆ ਜਿਹਨੂੰ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਨਗੇ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਸਟੇਟ ਹੈੱਡ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ अपनी जिम्मेवारी निभा रहे उस परिवार का दुख साझा कर जा रहे उस परिवार जस्टिस किस तरह देना है सारे उस मशक्कत च लगे हुए हैं। लेकिन एक कांग्रेस पार्टी जी जो अतीत रहा है लाशा से पोलिटिक्स करना अज भी वह हरकतों तो बाज पंजाब के होनहार नौजवान शुभदीप सिंह सिद्धू मूसेवाला जिसनों कायरा वालों बड़ी बर्बरता के पिछले दिन मार दिता गया उसके परिवार के नाल दुख साझा करन दे लई पंजाब दे मुख्यमंत्री सरदार भगवंत सिंह जी मान वालों अज प्रोग्राम बनाया गया कि परिवार के नाल संवेदना प्रगट की जाए परिवार के नाल दुख साझा किया जाए परिवार तो फीडबैक ली जाए ताकि कातलों तक पहुंचा जा सके और इस दुख की घड़ी दे विच भी कांग्रेस अपनी गंदी राजनीति करन तो बाज नहीं आ रही। कांग्रेस के कुछ हारे हुए जिहड़े MLA आ उन्हां वल्लों उत्थे हंगामा किया जा रहा क्योंकि कांग्रेस की इतिहास रहा कांग्रेस का पिछोकड़ रहा कि हमेशा ये लाशां दे उत्ते राजनीति करदे आ कांग्रसीए हमेशा खून की होली खेडदे आ। तुसीं चाहे पिछला इतिहास देख लो चाहे 84 का इतिहास देख लो कांग्रेस का इतिहास हमेशा खूनी पंजे वाला रहा। उधर मूसेवाला कतलकांड के दो होर मुलजम गिरफ्तार किए गए ने विकास बिश्नोई ते खान नां दे शख्स की गिरफ्तारी हुई है।
ਫਾਸਿਲਕਾ ਦੇ ਰਹਿਣ ਵਾਲੇ ਦੋਵੇਂ ਸ਼ਖਸ ਨੇ। ਇਸ ਵੇਲੇ ਦੀ ਵੱਡੀ ਖਬਰ ਮੂਸੇਵਾਲਾ ਕਤਲਕਾਂਡ ਦੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ। ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ, ਵਿਕਾਸ ਬਿਸ਼ਨੋਈ ਤੇ ਖਾਨ। ਇਹਨਾਂ ਦੋਵਾਂ ਦੇ ਨਾਂ ਦੱਸੇ ਜਾ ਰਹੇ ਨੇ, ਫਾਸਿਲਕਾ ਦੇ ਦੋਵੇਂ ਰਹਿਣ ਵਾਲੇ ਨੇ ਤੇ ਇਹਨਾਂ ਦੋਵੇਂ ਦੀ ਗ੍ਰਿਫਤਾਰੀ ਜਿਹੜਾ ਹੈਗਾ ਪੁਲਿਸ ਨੇ ਕੀਤੀ ਹੈ। ਮਨਪ੍ਰੀਤ ਮੰਨਾ ਤੇ ਸਵਰਾਜ ਤੋਂ ਪੁੱਛਗਿੱਛ ਦੇ ਮਗਰੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ। ਪਹਿਲਾਂ ਦੇਹਰਾਦੂਨ ਤੋਂ ਮਨਪ੍ਰੀਤ ਭਾਊ ਦੀ ਗ੍ਰਿਫਤਾਰੀ ਜਿਹੜਾ ਹੈਗਾ ਹੋਈ ਸੀਗੀ ਤੇ ਹੁਣ ਜਿਹੜਾ ਹੈਗਾ ਦੋ ਹੋਰ ਸ਼ਖਸ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਮੂਸੇਵਾਲਾ ਕਤਲਕਾਂਡ ਦੇ ਵਿੱਚ। ਦੋ ਹੋਰ ਮੁਲਜ਼ਮ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਗਏ ਨੇ। ਹਾਲਾਂਕਿ ਪੁਲਿਸ ਰਾਊਂਡ ਅਪ ਕਰ ਰਹੀ ਹੈ ਕਈ ਸਾਰੇ ਮੁਲਜ਼ਮਾਂ ਨੂੰ, ਕਈਆਂ ਦਾ ਪ੍ਰੋਡਕਸ਼ਨ ਵਾਰੰਟ ਲੈ ਰਹੀ ਹੈ, ਪਰ ਗ੍ਰਿਫਤਾਰੀਆਂ ਦੀ ਜੇਕਰ ਗੱਲ ਕਰੀਏ ਉਸ ਦੇ ਵਿੱਚ ਪੁਲਿਸ ਬੜੇ ਪੱਕੇ ਪੈਰੀ ਜਿਹੜਾ ਹੈਗਾ ਚਲਦੀ ਹੋਈ ਨਜ਼ਰ ਆ ਰਹੀ ਹੈ। ਵਿਕਾਸ ਬਿਸ਼ਨੋਈ ਤੇ ਖਾਨ ਨਾਂ ਦੇ ਸ਼ਖਸ ਦੀ ਗ੍ਰਿਫਤਾਰੀ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਕੀਤੀ ਹੈ। ਸਾਡੇ ਸਹਿਯੋਗੀ ਬਲਦੇਵ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਬਲਦੇਵ, ਦੋ ਹੋਰ ਗ੍ਰਿਫਤਾਰੀਆਂ ਕਿੰਨੀ ਅਹਿਮ ਨੇ ਔਰ ਕੀ ਕਲੂ ਜਿਹੜੇ ਹੈਗੇ ਪੁਲਿਸ ਨੂੰ ਮਿਲੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ? ਬਿਲਕੁਲ ਗਗਨ, ਦੱਸਣਾ ਚਾਹਾਂਗਾ ਕਿ ਜਿਹੜੇ ਪਹਿਲਾਂ ਪ੍ਰੋਡਕਸ਼ਨ ਬਰੰਟ ਤੇ ਮੰਨਾ ਤੇ ਜਿਹੜੇ ਮਨਪ੍ਰੀਤ ਭਾਊ ਪੁਲਿਸ ਨੇ ਫੜੇ ਹੋਏ ਆ, ਉਹਨਾਂ ਦੀ ਇੰਟੈਰੋਗੇਸ਼ਨ ਤੋਂ ਬਾਅਦ ਜਾਂਚ ਹੈ ਜਿਹੜੀ ਪੁਲਿਸ ਦੀ ਅੱਗੇ ਵਧੀ ਹੈ। ਉਸ ਕਰਕੇ ਜਿਹੜਾ ਇੱਕ ਬਿਸ਼ਨੋਈ, ਵਿਕਾਸ ਬਿਸ਼ਨੋਈ ਤੇ ਇੱਕ ਖਾਨ ਨਾਮ ਦਾ ਨੌਜਵਾਨ ਹੈ, ਇਹ ਪੁਲਿਸ ਨੇ ਗ੍ਰਿਫਤਾਰ ਕੀਤਾ। ਕਾਫੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਇਹ ਕਜ਼ਨ ਬ੍ਰਦਰ ਲੱਗਦਾ ਜਿਹੜਾ ਵਿਕਾਸ ਬਿਸ਼ਨੋਈ ਹੈ। ਕਿਤੇ ਨਾ ਕਿਤੇ ਪੁਲਿਸ ਨੂੰ ਅਹਿਮ ਲੀਡ ਹੈ ਜਿਹੜੀ ਉਹ ਜ਼ਰੂਰ ਮਿਲਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਖਾਤਮਾ ਲਗਭਗ ਪਹੁੰਚੇ ਹਾਂ ਤੇ ਜਲਦੀ ਗ੍ਰਿਫਤਾਰੀਆਂ ਜਿਹੜੀਆਂ ਉਹ ਹੋਣਗੀਆਂ। ਫਿਲਹਾਲ ਜਿਹੜੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਹੈ ਇਸ ਮਾਮਲੇ 'ਚ ਕਾਫੀ ਅਹਿਮ ਕੜੀ ਵਜੋਂ ਮੰਨੇ ਜਾਂਦੇ ਹੈ ਜੀ। ਵਿਕਾਸ ਬਿਸ਼ਨੋਈ ਦਾ ਤੁਸੀਂ ਦੱਸ ਰਹੇ ਹੋ ਕਿ ਲਾਰੈਂਸ ਬਿਸ਼ਨੋਈ ਦਾ ਕਜ਼ਨ ਬ੍ਰਦਰ ਲੱਗਦਾ ਹੈ, ਖਾਨ ਦੇ ਬਾਰੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਬਲਦੇਵ? ਜੀ, ਖਾਨ ਨਾਮ ਦਾ ਨੌਜਵਾਨ ਹੈ, ਇਹ ਵੀ ਫਾਜ਼ਿਲਕਾ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ, ਇਸ ਗੈਂਗ ਦਾ ਹੀ ਮੈਂਬਰ ਹੈ ਤੇ ਲੰਮੇ ਸਮੇਂ ਤੋਂ ਇਹਨਾਂ ਦੇ ਨਾਲ ਹੀ ਕੰਮ ਕਰਦਾ ਸੀਗਾ। ਪੁਲਿਸ ਨੇ ਜੋ ਜਾਣਕਾਰੀ ਦੱਸੀ ਹੈ ਕਿ ਕਾਫੀ ਟਾਈਮ ਤੋਂ ਇਹ ਇਹਨਾਂ ਨਾਲ ਕੰਮ ਕਰ ਰਿਹਾ ਹੈ ਤੇ ਜਦੋਂ ਇਹਨਾਂ ਦੀ ਇੰਟੈਰੋਗੇਸ਼ਨ ਹੋਏਗੀ ਉਸ ਤੋਂ ਅਹਿਮ ਸੁਰਾਗ ਹੈ ਜਿਹੜੇ ਮਿਲਣ ਦੀ ਸੰਭਾਵਨਾ ਜੀ। ਦੋਵਾਂ ਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਤਾਂ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਪਹਿਲਾਂ ਕਿਤੇ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਏ ਗਏ ਸੀਗੇ? ਨਹੀਂ, ਬਿਲਕੁਲ, ਇਹਨਾਂ ਨੂੰ ਲਿਆਂਦਾ ਗਿਆ ਫਾਜ਼ਿਲਕਾ ਜ਼ਿਲ੍ਹੇ ਦੇ ਪਾਸੋਂ, ਇਹਨਾਂ ਨੂੰ ਫੜ ਕੇ ਮਾਨਸਾ ਪੁਲਿਸ ਲੈ ਕੇ ਆਈ ਹੈ। SIT ਇਹਨਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ, ਜਿਹੜੇ ਪ੍ਰੋਡਕਸ਼ਨ ਬ੍ਰਾਂਚ ਤੇ ਲਿਆਂਦੇ ਆ ਉਹਨਾਂ ਤੋਂ ਵੀ ਤੇ ਜਿਹੜਾ ਮਨਪ੍ਰੀਤ ਭਾਊ ਦਾ ਨਾਮ ਦਾ ਨੌਜਵਾਨ ਉੱਤਰਾਖੰਡ ਤੋਂ ਫੜਿਆ ਸੀ ਇਹਨਾਂ ਤੋਂ ਅਲੱਗ ਅਲੱਗ ਬਿਠਾ ਕੇ ਇਹਨਾਂ ਤੋਂ ਜਿਹੜੀ ਪੁੱਛਗਿੱਛ ਜਾ ਰਹੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਬਲਦੇਵ ਇਸ ਤਮਾਮ ਜਾਣਕਾਰੀ ਦੇ ਲਈ। ਬਲਦੇਵ ਸ਼ਰਮਾ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਦੋ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਔਰ ਅਹਿਮ ਗੱਲ ਇਹ ਹੈਗੀ ਹੈ ਕਿ ਇਹਨਾਂ 'ਚੋਂ ਇੱਕ ਲਾਰੈਂਸ ਬਿਸ਼ਨੋਈ ਦਾ ਕਜ਼ਨ ਬ੍ਰਦਰ ਯਾਨੀ ਚਚੇਰਾ ਭਰਾ ਜਿਹੜਾ ਹੈਗਾ ਉਹ ਲੱਗਦਾ ਹੈ ਉਸ ਦੀ ਗ੍ਰਿਫਤਾਰੀ ਜਿਹੜਾ ਹੈਗਾ ਉਹ ਕੀਤੀ ਗਈ ਹੈ। ਵਿਕਾਸ ਬਿਸ਼ਨੋਈ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਔਰ ਖਾਨ ਜਿਹੜਾ ਹੈਗਾ ਦੂਜਾ ਸ਼ਖਸ ਉਹ ਵੀ ਬਿਸ਼ਨੋਈ ਦੇ ਗੈਂਗ ਦੇ ਨਾਲ ਹੀ ਜੁੜ ਕੇ ਕੰਮ ਕਰਦਾ ਹੈ ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਇਹਨਾਂ ਦੋਵਾਂ ਦੀ ਵੀ ਗ੍ਰਿਫਤਾਰੀ ਪੁਲਿਸ ਨੇ ਕੀਤੀ ਹੈ। ਤੇ ਉਧਰ ਸਿੱਧੂ ਕਤਲਕਾਂਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਵੀ ਹੈ ਕਿ ਹੁਣ ਤੱਕ ਦੀ ਪੁਲਿਸ ਪੁੱਛਗਿੱਛ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ। ਮਨਪ੍ਰੀਤ ਭਾਊ ਨੇ ਮਨੀ ਨਾਂ ਦੇ ਸ਼ਖਸ ਨੂੰ ਕੋਰੋਲਾ ਗੱਡੀ ਦਿੱਤੀ ਸੀ, ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਇਸ ਵੇਲੇ ਦੀ ਵੱਡੀ ਖਬਰ ਹੁਣ ਤੱਕ ਦੀ ਜਿਹੜੀ ਪੁਲਿਸ ਪੁੱਛਗਿੱਛ ਹੈਗੀ ਹੈ ਉਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ। ਮਨਪ੍ਰੀਤ ਭਾਊ ਨੇ ਮਨੀ ਨੂੰ ਕੋਰੋਲਾ ਗੱਡੀ ਦਿੱਤੀ ਸੀ, ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਔਰ ਗੈਂਗਸਟਰ ਮੰਨਾ ਦੇ ਕਹਿਣ ਤੇ ਇਹ ਗੱਡੀ ਸੌਂਪੀ ਗਈ ਸੀ। ਵਾਰਦਾਤ ਤੋਂ 3 ਦਿਨ ਪਹਿਲਾਂ ਇਹ ਗੱਡੀ ਦਿੱਤੀ ਗਈ ਸੀ। ਸੂਤਰਾਂ ਦੇ ਹਵਾਲੇ ਤੋਂ ਅਹਿਮ ਖਬਰ, ਅਹਿਮ ਖੁਲਾਸੇ ਜਿਹੜੇ ਹੋ ਰਹੇ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਦੇ ਵਿੱਚ ਕੜੀਆਂ ਜਿਸ ਤਰੀਕੇ ਨਾਲ ਜੁੜ ਰਹੀਆਂ ਨੇ। ਵਾਰਦਾਤ ਤੋਂ 3 ਦਿਨ ਪਹਿਲਾਂ ਇਹ ਗੱਡੀ ਦਿੱਤੀ ਗਈ ਸੀ। ਮੋਗਾ ਦਾ ਰਹਿਣ ਵਾਲਾ ਹੈ ਮਨੀ, ਕੋਟਕਪੂਰਾ ਹਾਈਵੇ ਤੇ ਜਿਹੜਾ ਹੈਗਾ ਇਹ ਕੋਰੋਲਾ ਗੱਡੀ ਸੌਂਪੀ ਗਈ ਸੀਗੀ ਤੇ ਮਨੀ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਰੇਡ ਕਰ ਰਹੀ ਹੈ ਥਾਂ ਥਾਂ ਤੇ। ਤਰਨ ਤਾਰਨ ਦੇ ਇੱਕ ਸ਼ਖਸ ਨੂੰ ਵੀ ਪੁਲਿਸ ਭਾਲ ਰਹੀ ਹੈ। ਮਨੋਜ ਰਾਠੀ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਤੇ। ਮਨੋਜ, ਲਗਾਤਾਰ ਅਪਡੇਟ ਸਾਹਮਣੇ ਆ ਰਹੇ ਨੇ, ਕੋਰੋਲਾ ਗੱਡੀ ਨੂੰ ਲੈ ਕੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ? ਦੇਖੋ ਗਗਨ, ਇਹਦੇ ਵਿੱਚ ਵੱਡੀ ਜਿਹੜਾ ਖੁਲਾਸੇ ਹੁਣ ਹੋ ਰਹੇ ਜਿਹੜੇ ਸਾਡੇ ਪੁਲਿਸ ਸੋਰਸ ਹੀ ਦੱਸ ਰਹੇ ਨੇ, ਇਹ ਜਿਹੜੀ ਕੋਰੋਲਾ ਗੱਡੀ ਹੈ ਇਹ ਮੰਨੇ ਦੀ ਸੀਗੀ। ਮੰਨਾ ਜਿਹੜਾ ਹੈਗਾ ਗੈਂਗਸਟਰ ਹੈ ਜਿਹੜਾ ਫਿਰੋਜ਼ਪੁਰ ਜੇਲ੍ਹ 'ਚ ਸੀਗਾ, ਹੁਣ ਪ੍ਰੋਡਕਸ਼ਨ ਵਾਰੰਟ ਤੇ ਉਹਨੂੰ ਲੈ ਕੇ ਆਇਆ ਗਿਆ ਤੇ ਮੰਨੇ ਦੀ ਗੱਡੀ ਹੈ ਤੇ ਮੰਨੇ ਦੇ ਕਹਿਣ ਤੇ ਬਾਹੂ ਨੇ ਜਿਹੜਾ ਉੱਤਰਾਖੰਡ ਤੋਂ ਗ੍ਰਿਫਤਾਰ ਹੋਇਆ ਉਹਨੇ ਮਨੀ ਨੂੰ ਦਿੱਤੀ ਸੀ ਤੇ ਕੋਟਕਪੂਰਾ ਹਾਈਵੇ ਤੇ ਇਹ ਗੱਡੀ ਹੈਂਡ ਓਵਰ ਕੀਤੀ ਹੈ। ਇਹ ਜਿਹੜੇ ਪੁਲਿਸ ਸੋਰਸ ਸੀ ਸਾਡੇ ਪੁਖਤਾ ਪੁਲਿਸ ਸੋਰਸ ਸੀ ਦੱਸ ਰਹੇ ਕਿ ਮਨੀ ਮੋਗਾ ਦਾ ਰਹਿਣ ਵਾਲਾ ਹੈ ਤੇ ਇੱਕ ਹੋਰ ਨਾਂ ਆ ਰਿਹਾ ਰੂਪਾ ਜਿਹੜਾ
ਪੱਟੀ ਦਾ ਰਹਿਣ ਵਾਲਾ, ਤਰਨ ਤਾਰਨ ਦਾ ਰਹਿਣ ਵਾਲਾ। ਇਹਨਾਂ ਦੋਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮੇਨ ਲੀਡ ਜਿਹੜੀ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਮਿਲ ਰਹੀ ਹੈ ਤੇ ਕਰੋਲਾ ਗੱਡੀ ਦੀ ਜਿਹੜੀ ਸਾਰੀ ਗੇਮ ਘੁੰਮ ਰਹੀ ਹੈ ਕਿ ਜਿਹੜੀ ਗੱਡੀਆਂ ਉਹਨਾਂ ਨੂੰ ਦਿੱਤੀ ਗਈ ਸੀ, ਜਿਹੜੇ ਹਮਲਾਵਰ ਸੀ ਜਿਹਨਾਂ ਨੇ ਸਾਰੀ ਰੈਕੀ ਕੀਤੀ, ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ, ਸਿੱਧੂ ਨੂੰ ਜਿਹੜਾ ਹੈਗਾ ਉਹਦਾ ਮਰਡਰ ਕੀਤਾ, ਤੇ ਹੁਣ ਇਹ ਮਨੀ ਤੇ ਰੂਪਾ ਇਹ ਕੌਣ ਨੇ? ਇਹਨਾਂ ਤੇ ਹੁਣ ਪੁਲਿਸ ਦੀ ਜਿਹੜੀ ਸੂਈਆਂ ਘੁੰਮਦੀ ਹੈ ਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ, ਲੇਕਿਨ ਰੈਕੀ ਕਰਨ ਵਾਸਤੇ ਗੱਡੀ ਦਿੱਤੀ ਗਈ, ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਗੱਡੀ ਦਿੱਤੀ ਗਈ, ਉਸ ਤੋਂ ਬਾਅਦ ਬਲੈਰੋ ਆਈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਜੁਟ ਗਈ, ਕਈ ਲੀਡ ਜਿਹੜੀ ਹੈ ਉਹ ਪੁਲਿਸ ਨੂੰ ਮਿਲੀ ਹੈ ਜੀ। ਬਿਲਕੁਲ ਮਨੋਜ, ਕਈ ਸਾਰੀ ਲੀਡਸ ਪੁਲਿਸ ਨੂੰ ਮਿਲ ਰਹੀਆਂ ਨੇ ਕਿਉਂਕਿ ਹੁਣ ਇੰਟਰ ਸਟੇਟ ਵੀ ਇਹ ਪੂਰਾ ਮਾਮਲਾ ਬਣਦਾ ਨਜ਼ਰ ਆ ਰਿਹਾ। ਜਿਹੜੀ ਬੁਲੈਰੋ ਗੱਡੀ ਸੀਗੀ ਉਹ ਹਰਿਆਣਾ ਦੇ ਫਤਿਹਾਬਾਦ ਤੋਂ ਨਿਕਲਦੀ ਹੋਈ ਨਜ਼ਰ ਆਉਂਦੀ ਹੈ, ਚਾਰ ਦਿਨ ਪਹਿਲਾਂ ਹਾਸਪੁਰ ਪਿੰਡ ਤੋਂ, ਪਿੰਡਾਣਾ ਤੋਂ ਉੱਥੋਂ ਦੋ ਨੌਜਵਾਨ ਜਿਹੜਾ ਹੈਗਾ, ਦੋ ਮੁਲਜ਼ਮਾਂ ਨੂੰ ਇਹ ਕਹਿ ਲਿਆ ਜਾਵੇ ਕਿਉਂਕਿ ਉਹਨਾਂ ਦੇ ਖਿਲਾਫ਼ ਮੋਗਾ ਵੀ ਜਿਹੜਾ ਹੈਗਾ ਪਹਿਲਾਂ ਮਾਮਲਾ ਦਰਜ ਸੀਗਾ, ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਫਾਜ਼ਿਲਕਾ ਤੋਂ ਦੋ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ, ਵਿਕਾਸ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਗਿਆ, ਖਾਨ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਇਹ ਯਾਨੀ ਕੜੀਆਂ ਜਿਹੜੀਆਂ ਨੇ ਹੁਣ ਲਗਾਤਾਰ ਜੁੜ ਰਹੀਆਂ ਨੇ। ਔਰ ਕੀ ਇਹ ਮੰਨਿਆ ਜਾਵੇ ਕਿ ਪੁਲਿਸ ਬੇਹੱਦ ਨੇੜੇ ਪਹੁੰਚ ਚੁੱਕੀ ਹੈ ਸਾਰੀ ਕੜੀਆਂ ਜੋੜਨ ਦੇ? ਮਨੋਜ ਬਿਲਕੁਲ ਗਗਨ, ਇਹ ਪੁਲਿਸ ਹੁਣ ਬਹੁਤ ਨੇੜੇ ਹੈ, ਬਹੁਤ ਨੇੜੇ ਹੈ, ਬਹੁਤ ਨੇੜੇ ਹੈ ਪੁਲਿਸ, ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਲੀਡ ਹੈ, ਤੇ ਤੁਹਾਨੂੰ ਹੋਰ ਅਪਡੇਟ ਜਿਹੜੀ ਹੈ ਉਹ ਦੇਣ ਦੀ ਕੋਸ਼ਿਸ਼ ਕਰਾਂਗੇ, ਥੋੜੀ ਦੇਰ ਤੱਕ ਤੁਹਾਨੂੰ ਹੋਰ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਗਗਨ ਜੀ। ਬਹੁਤ ਬਹੁਤ ਸ਼ੁਕਰੀਆ ਮਨੋਜ, ਇਸ ਪੂਰੇ ਮਾਮਲੇ ਨਜ਼ਰ ਬਣਾ ਕੇ ਰੱਖਣਾ, ਤੁਸੀਂ ਲਗਾਤਾਰ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ। ਮਨੋਜ ਦੱਸ ਰਹੇ ਨੇ ਕਿ ਲਗਾਤਾਰ ਜਿਹੜਾ ਹੈਗਾ ਅਪਡੇਟਸ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਔਰ ਕੁਝ ਹੀ ਦੇਰ ਦੇ ਵਿੱਚ ਵੱਡਾ ਖੁਲਾਸਾ ਵੀ ਅਸੀਂ ਕਰਾਂਗੇ, ਵੱਡੀ ਅਪਡੇਟਸ ਵੀ ਆਪਣੇ ਦਰਸ਼ਕਾਂ ਨੂੰ ਦੱਸਾਂਗੇ। ਪਰ ਫਿਲਹਾਲ ਤੁਹਾਨੂੰ ਇਹ ਦੱਸਦੀਏ ਕਿ ਕਰੋਲਾ ਗੱਡੀ ਨੂੰ ਲੈ ਕੇ ਅਹਿਮ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਮਨਪ੍ਰੀਤ ਭਾਊ ਦੇ ਕਹਿਣ ਤੇ ਜਿਹੜਾ ਹੈਗਾ ਮਨੀ ਨਾਂ ਦੇ ਸ਼ਖਸ ਨੂੰ ਜਿਹੜਾ ਹੈਗਾ ਇਹ ਗੱਡੀ ਦਿੱਤੀ ਗਈ ਸੀ। ਮੰਨਾ ਦੇ ਕਹਿਣ ਤੇ ਮਨਪ੍ਰੀਤ ਭਾਊ ਨੇ ਇਹ ਗੱਡੀ ਜਿਹੜਾ ਹੈਗਾ ਮਨੀ ਨੂੰ ਦਿੱਤੀ ਸੀਗੀ, ਕਰੋਲਾ ਗੱਡੀ, ਔਰ ਉਹੀ ਕਰੋਲਾ ਗੱਡੀ ਹੈਗੀ ਹੈ ਜਿਹੜੀ ਸਿੱਧੂ ਮੂਸੇਵਾਲਾ ਦੀ ਥਾਰ ਦੇ ਬਿਲਕੁਲ ਪਿੱਛੇ ਉਸਦਾ ਪਿੱਛਾ ਕਰਦੀ ਹੋਈ ਆ ਰਹੀ ਸੀਗੀ। ਕਰੋਲਾ ਗੱਡੀ ਕਿਸਨੇ ਮੁਹੱਈਆ ਕਰਾਈ, ਕਿੱਥੇ ਹੈਂਡਓਵਰ ਕੀਤੀ, ਇਹ ਅਹਿਮ ਜਿਹੜਾ ਹੈਗਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਖਬਰਾਂ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਉਸ ਤੋਂ ਪਹਿਲਾਂ ਰੁਕ ਕਰਦੇ ਹਾਂ ਹੈਡਲਾਈਨਸ ਦਾ। ਇਸ ਨਿਊਜ਼ ਹੈਡਲਾਈਨ